अस्सलाम वालेकुम दोस्तों, मैं थोड़ा मेज़बान मियाँ मोहम्मद अफजल बट्टू। तो तुम वेख रहे हो मेरा यूट्यूब चैनल डिजिटल किसान पाकिस्तान। तो दोस्तों मशीन है सामने जी 80-70, तो गई है फस खाले दे। हुण वेखने भी निकलती है या ट्रैक्टर वगैरह मंगाने पैंदे ने या अपनी जरूरत ना निकल जाती है। इसकी परफॉर्मेंस चेक करने है जनाब। तो चाचा असलम मौजूद है जी। तो मशीन निकल गई जनाब पिछली साइड से, क्या बात है 80-70 दे। खाला चेक कर लो दोस्तों, काफी डूंगा है। तो मशीन की हिम्मत है जी पीछे हट गई है। जिवें उस्ताद कहिंदा भाई उंज ही कार है। जिन्हें मेरे नवे ड्राइवर भाई देखने वाले है, पहले रस्ता जेड़ा है वो बिल्कुल किसानों तो ठीक करवा करो, बाद ते मशीन पाई करो। तो ऐ वेख लो, अगर ये ठीक हों रस्ता तो मशीन आराम ना गुजर जानी सी, लेकिन फिर भी मशीन की हिम्मत है इस खाले दे विच वापस हो गई है। रस्ता बनावण दा जी सही तरीका है। ये सारे काम जेड़े ने औखे ये सारे किसानां ही करने ने। ते जो तेल या खाद महंगी होनी है वो इजाफी पैसे भी किसानां ही पे करने ने। तेरा सबूत है छोटे वड्डे इमरान खान। ते दोस्तों ऐ मशीन पर वीडियो बनाते पे सी, खाला क्रॉस करना सी, ते गल हो गई है आपस जी करते पे तेल दे बारे। ते चाचा असलम मौजूद है साडे नाल, ओदे नाल गल करने जी। चाचा असलम राती 12 रुपये फिर बता दिता जी। ये जड़ा ना अपना इमरान खान ओंदा गुनाह कोनी नहीं, सारा गुनाह ही आवाम दा है। ना पवावे ते ना आवाम नु तकलीफ होवे, तेल ही ना पवावे। अगू पे आक्सन नहीं मियां जी, इंडिया वाले जड़े ना इंडिया नालों अपना सस्ता है, सारे मुल्कां नालों अपना तेल सस्ता है। ये अपना रुपया भी तो मियां जी हो जाए सस्ता है, सस्ता है, छोटा है। हां ठीक हो गया। ते ए मियां जी हुन आपा हुन केड़े कछे जाई। हां जी अच्छा फोन ਤੁਹਾਡਾ हो गया तो हुन मैनूं दसो हुन की कहना चाहोगे हुकूमत ਨੂੰ? हुकूमत ਨੂੰ ਇਹ ਚਾਹਣ ਕਹਿਣਾ ਚਾਹੀਦਾ ਹੈ ਵੀ ਹੁਣ ਸਾਡੇ ਮਗਰੂ ਲੈ ਜਾਵੇ। ਅਸੀਂ ਤਾਂ ਹੁਣ ਕਣਕ ਰਲਾਮ ਨਹੀਂ ਹੈਗਾ, ਤਾਂ ਵੀ ਪਰੇਸ਼ਾਨ ਹੈ। ਅੱਛਾ ਜੇ ਨਵਾਂ ਰੇਟ ਬਸ ਤੇ ਚੜਨੇ ਤੇ ਉਹ ਰੁਪਈਏ 5 ਵਧਦਾ ਹੈ ਉਹ 50 ਵਧਾਈ ਖੜੇ ਹੁੰਦੇ। ਸਹੀ ਹੋ ਗਿਆ। ਹੁਣ ਵੇਲੇ ਗੋਭੀ ਜਿਹੜੀ ਹੈ ਉਹ ਅੱਗੇ 80 ਰੁਪਈਏ ਦਿੰਦੇ ਆ ਤੇ ਵੇਲੇ ਉਹਨਾਂ ਆਖਾ ਭਾਈ 150 ਤੇਲ ਵਧ ਗਿਆ। ਕਟਾਈ ਅੱਗੇ 3500 ਲੈਂਦੇ, ਅੱਗੇ 3500 ਕਟਾਈ ਲੈਂਦੇ ਪਏ, ਹੁਣ ਵਾਂ 4000
ਸਾਡੇ ਨਾਲ ਜਿਹੜਾ ਹਾਰਵੈਸਟਰ ਦਾ ਨੁਮਾਇੰਦਾ ਮੌਜੂਦ ਹੈ ਉਸ ਦਾ ਮਾਲਕ ਹੈ ਜਾਂ ਡਰਾਈਵਰ ਹੈ ਗੱਲ ਕਰਨੇ ਆ ਅਸਲਾਮ ਅਲੈਕਮ ਭਾਈ ਜਾਨ ਵਾਲੇਕਮ ਸਲਾਮ ਤੇ ਭਾਈ ਜਾਨ ਡੀਜ਼ਲ ਵਧ ਗਿਆ 12 ਰੁਪਏ ਤੇ ਤੁਹਾਡੇ ਕਾਰੋਬਾਰ ਤੇ ਕੀ ਅਸਰ ਪਿਆ ਤੁਹਾਨੂੰ ਆਸਾਨੀ ਨਾਲ ਕਿਸਾਨ ਪੈਸੇ ਦਿੰਦੇ ਪੈਣ ਜਾਂ ਉਹ ਪੁਰਾਣਾ ਰੇਟ ਹੀ ਦਿੰਦੇ ਪੈਣ ਜਾਨ ਬਹੁਤ ਮੁਸ਼ਕਲਾਂ ਸਾਹਮਣੇ ਕੀਤੀ ਖੜੇ ਇੱਕ ਤਾਂ ਜ਼ਿਮੀਦਾਰ ਅੱਗੂ ਬੜਾ ਪਰੇਸ਼ਾਨ ਹੋਇਆ ਖੜਾ ਇਸ ਵਜ੍ਹਾ ਤੋਂ ਕਿ ਡੀਜ਼ਲ ਰਾਤ ਨੂੰ ਵਧਾਇਆ ਤੇ ਮਸ਼ੀਨ ਵਾਲੇ ਇਸ ਤੋਂ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਅੱਛਾ ਉਹ ਆਂਦੇ ਨੇ ਕਿ ਪਹਿਲੇ ਜ਼ਿਆਦਾ ਖਰਚੇ ਨੇ ਮਸ਼ੀਨ ਦਾ ਕਿਲ ਕਾਬਲਾ ਨਟ ਬੈਲਟ ਵਗੈਰਾ ਇਹ ਬਹੁਤ ਮਹਿੰਗਾ ਮਿਲ ਰਿਹਾ ਹੈ ਤੇ ਇਹਦਾ ਲਿਆਜ ਇਹ ਹੈ ਕਿ ਮਿਹਰਬਾਨੀ ਕਰੋ ਕਿ ਜਿਹੜਾ ਜ਼ਿਮੀਦਾਰ ਹੈ ਸਾਨੂੰ ਕਟਾਈ ਦਾ ਰੇਟ ਜ਼ਿਆਦਾ ਦੇਵਣ ਜ਼ਿਮੀਦਾਰ ਇਸ ਵਜ੍ਹਾ ਤੋਂ ਪਰੇਸ਼ਾਨ ਹੈ ਕਿ ਮਹਿੰਗਾਈ ਕੀ ਕੀਤੀ ਗਲੇ ਸੀ ਕਿੱਥੋਂ ਰੇਟ ਦੇਵੀਏ ਤੁਹਾਨੂੰ ਮਾਮਲਾ ਬਹੁਤ ਮੁਸ਼ਕਲ ਬਣਿਆ ਸਾਹਮਣਾ ਕੀਤੀ ਕਿ ਲੈ ਬਾਈ ਜਾਨ ਗੁਜ਼ਾਰਾ ਨਹੀਂ ਹੋ ਰਿਹਾ ਹੁਣ ਕਿੰਨਾ ਮੌਜੂਦਾ ਅੱਜ ਰੇਟ ਕਿੰਨਾ ਚੱਲਦਾ ਪਿਆ ਅੱਜ ਤਾਂ ਰੇਟ ਵੀ ਹੈਗਾ ਜੀ 3500 ਰੁਪਇਆ ਜ਼ਿਮੀਦਾਰ ਸਾਨੂੰ ਦੇ ਰਿਹਾ ਉਹ ਵੀ ਬੜੀ ਮੁਸ਼ਕਲ ਨਾਲ ਦੇ ਰਿਹਾ 4000 ਲੇਕਿਨ ਹੁਣ ਤੂੰ 4000 ਦੇਣਾ ਚਾਹ ਜਾ ਅਸਲਮ 4000 ਨਹੀਂ ਤੂੰ 3500 ਦੇ ਸੀ ਤਾਂ ਮੈਨੂੰ ਪਤਾ ਹੈ ਨਹੀਂ ਲੇਕਿਨ ਜਿਹੜੀ 4000 ਮਗਰ 4000 ਦਾ 4.5 ਦਾ ਹੁਣ ਰੇਟ ਐਵੇਂ ਹੀ ਬਣਾਈ ਬੈਠੇ ਅਸਲ ਕਿਸਾਨ ਕੀ ਕਰੇ ਕਿਸਾਨ ਦੀ ਫਸਲ ਦਾ ਤਾਂ ਰੇਟ ਉਹੋ ਹੀ ਹੈ ਨਾ ਕਿਸਾਨ ਦਾ ਅਗਰ ਮੁੰਜੀ ਹੋ ਜਾਂਦੀ ਕੋਈ 2500 ਨੂੰ ਜਾਂ 3000 ਨੂੰ ਫਿਰ ਤਾਂ ਆਪਾਂ 4000 ਵੀ ਆਸਾਨੀ ਨਾਲ ਦੇ ਸਕਦੇ ਸੀ ਰੇਟ ਚੱਲਦਾ ਪਿਆ 2900 ਤੇ ਇਹ ਜੀ ਕਿਸਾਨ ਨੂੰ ਮਾਰ ਹੈ ਤੇ ਕਿਸਾਨਾਂ ਵਿੱਚ ਸ਼ਾਮਿਲ ਹਾਰਵੈਸਟਰਾਂ ਵਾਲੇ ਵੀ ਹੈਗੇ ਨੇ ਕੀ ਬਾਤ ਹੈ ਮਾਸ਼ਾਅੱਲਾ ਵੈਰੀ ਗੁੱਡ